ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀ ਟ੍ਰਿਪਲ ਐਸ ਬੀ ਬੋਰਡ ਨੇ ਜੋ ਭਰਤੀ ਕੀਤੀ ਹੈ ਕਲਰਕਾਂ ਦੀ ਉਸ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਠੀਕ ਹੈ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਿਓ ਤੁਹਾਡੇ ਕੰਮ ਦੀਆਂ ਗੱਲਾਂ ਮੈਂ ਇਸ ਵੀਡੀਓ ਵਿੱਚ ਦੱਸੂਗਾ ਤੁਹਾਨੂੰ ਠੀਕ ਹੈ ਜੇ ਤੁਸੀਂ ਇਹ ਨਾ ਪੋਸਟ ਲਈ ਅਪਲਾਈ ਨਹੀਂ ਕੀਤਾ ਹੁਣ ਵੀ ਕਰ ਸਕਦੇ ਹੋ 15 ਤੇ 18 ਨਵੰਬਰ ਲਾਸਟ ਡੇਟ ਹੈ ਇਹਨਾਂ ਨੂੰ ਅਪਲਾਈ ਕਰਨ ਦੀ ਅੱਜ 10 ਨਵੰਬਰ ਹੈ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਠੀਕ ਹੈ 27 28 ਦਿਨ ਹੈ ਤੁਹਾਡੇ ਕੋਲ ਪੇਪਰਾਂ ਦੀ ਤਿਆਰੀ ਕਰਨ ਲਈ ਤੁਸੀਂ ਵਧੀਆ ਤਿਆਰੀ ਕਰ ਸਕਦੇ ਹੋ ਜੇ ਤੁਸੀਂ ਦਿਨ ਰਾਤ ਇੱਕ ਕਰਕੇ ਪੜ ਲਿਆ ਠੀਕ ਹੈ ਇਸ ਚੈਨਲ ਦੇ ਉੱਤੇ ਵੀ ਤਿਆਰੀ ਕਰਵਾਵਾਂਗੇ ਟੈਲੀਗ੍ਰਾਮ ਸਾਰੇ ਜਣੇ ਜਰੂਰ ਜੁਆਇਨ ਕਰੋ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਜਾਂ ਫਿਰ ਸਰਚ ਕਰ ਲਓ ਟੈਲੀਗ੍ਰਾਮ ਦੇ ਉੱਤੇ ਜੀਕੇ ਫੈਕਟਸ ਚੈਨਲ ਨੂੰ ਠੀਕ ਹੈ ਟੈਲੀਗ੍ਰਾਮ ਦੇ ਉੱਤੇ ਮੈਂ ਇਹ ਨੋਟੀਫਿਕੇਸ਼ਨ ਵੀ ਪਾ ਦੂੰਗਾ ਬਾਕੀ ਭਰਤੀ ਬਾਰੇ ਜੋ ਨੋਟੀਫਿਕੇਸ਼ਨ ਹੈ ਉਹ ਮੈਂ ਪਹਿਲਾਂ ਹੀ ਪਾਇਆ ਹੋਇਆ ਠੀਕ ਹੈ ਸੋ ਜਿਨ੍ਹਾਂ ਨੇ ਵੀ ਅਪਲਾਈ ਨਹੀਂ ਕੀਤਾ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਾਰੇ ਜਣੇ ਜਰੂਰ ਅਪਲਾਈ ਕਰੋ ਪਹਿਲਾਂ ਤੁਹਾਡਾ ਰਿਟਰਨ ਐਗਜ਼ਾਮ ਹੋਣਾ ਫਿਰ ਟਾਈਪਿੰਗ ਟੈਸਟ ਹੋਣਾ ਇਹਨਾਂ ਪੋਸਟਾਂ ਲਈ ਪਰ ਉਸਦੇ ਲਈ ਤੁਹਾਨੂੰ ਟਾਈਮ ਮਿਲ ਜੇਗਾ ਤੁਸੀਂ ਟਾਈਪਿੰਗ ਦੀ ਤਿਆਰੀ ਕਰਕੇ ਆਪਣਾ ਦੇ ਸਕਦੇ ਹੋ ਟਾਈਪਿੰਗ ਟੈਸਟ ਵੀ ਪਰ ਪਹਿਲਾਂ ਤੁਹਾਡਾ ਇਹ ਪੇਪਰ ਹੋਏਗਾ ਠੀਕ ਹੈ ਸੋ ਸਾਰੇ ਜਣੇ ਜ਼ਰੂਰ ਅਪਲਾਈ ਕਰਿਓ ਜੇ ਤੁਸੀਂ ਅਪਲਾਈ ਨਹੀਂ ਕੀਤਾ ਬਾਕੀ ਸਿਲੇਬਸ ਹੈ ਜਿਹੜਾ ਆਫੀਸ਼ੀਅਲ ਤੁਹਾਡਾ ਆ ਜਾਏਗਾ ਮੈਂ ਬਾਕੀ ਦੱਸ ਵੀ ਦਊਂਗਾ ਅਗਲੀ ਵੀਡੀਓ ਵਿੱਚ ਕਿਵੇਂ ਤੁਸੀਂ ਕੀ ਪੜ੍ਹਨਾ ਹੈ ਇਸ ਚੈਨਲ ਦੇ ਉੱਤੇ ਵੀ ਤਿਆਰੀ ਕਰਵਾਵਾਂਗੇ ਇਸ ਨੋਟੀਫਿਕੇਸ਼ਨ ਨੂੰ ਪੜ੍ਹ ਲਓ ਇਸ ਦੇ ਵਿੱਚ ਪਹਿਲਾਂ ਇਹਨਾਂ ਲਿਖਿਆ ਕਿ ਫੀਸ ਭਰਨ ਦੇ ਵਿੱਚ ਕੁਝ ਅ ਮੁਸ਼ਕਲ ਆ ਰਹੀ ਹੈ ਉਸ ਦੇ ਬਾਰੇ ਲਿਖਿਆ ਉਸ ਤੋਂ ਬਾਅਦ ਇਹਨਾਂ ਲਿਖਿਆ ਕਿ ਕਲਰਕਾਂ ਦੀ ਜੋ ਅਲੱਗ-ਅਲੱਗ ਪੋਸਟਾਂ ਐ ਉਹ ਦਸੰਬਰ 2021 ਦੇ ਪਹਿਲੇ ਜਾਂ ਦੂਜੇ ਹਫਤੇ ਹੋਣ ਦੀ ਸਭਾਵਨਾ ਹੈ ਮੰਨ ਕੇ ਚੱਲੋ ਕਿ 8 ਦਸੰਬਰ ਦੇ ਆਸ-ਪਾਸ ਤੁਹਾਡੇ ਇਹ ਪੇਪਰ ਹੋ ਜਾਣੇ ਐ ਹੋ ਸਕਦਾ 5-6 ਦਸੰਬਰ ਨੂੰ ਹੋ ਜੇ ਜਾਂ ਫਿਰ 10-12 ਦਸੰਬਰ ਨੂੰ ਹੋ ਜੇ ਠੀਕ ਐ ਸੋ ਮੰਨ ਕੇ ਚੱਲੋ ਕਿ 15 ਦਸੰਬਰ ਤੋਂ ਪਹਿਲਾਂ-ਪਹਿਲਾਂ ਤੁਹਾਡੇ ਪੇਪਰ ਹੋ ਜਾਣੇ ਐ 27-28 ਦਿਨ ਮੰਨ ਕੇ ਚੱਲੋ ਕਿ ਤੁਹਾਡੇ ਕੋਲ ਹੁਣ ਤੋਂ ਹੈ ਇਹਨਾਂ ਦੀ ਤਿਆਰੀ ਕਰਨ ਲਈ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਕਮੈਂਟ ਜਿਆਦਾ ਤੋਂ ਜਿਆਦਾ ਕਰਿਓ ਅਤੇ ਟੈਲੀਗ੍ਰਾਮ ਸਾਰੇ ਜਾਣੇ ਜਰੂਰ ਜੁਆਇਨ ਕਰਿਓ ਠੀਕ ਹੈ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰਿਆਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਤਾਂ ਜੋ ਤੁਹਾਡੀ ਤਿਆਰੀ ਅਸੀਂ ਜਲਦੀ ਤੋਂ ਜਲਦੀ ਕਰਵਾ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ